ਇਹ ਆਪਣੀ ਭੈਣ ਜੀਜੇ ਅਤੇ ਦੋ ਭਤੀਜੀਆਂ ਨੂੰ ਲੈਣ ਏਅਰਪੋਰਟ ਤੇ ਗਿਆ ਸੀ ਤੇ ਇਸ ਤੋਂ ਬਾਅਦ ਇਸਦੀ ਕੋਈ ਸਿਹਤ ਖਰਾਬ ਹੋਈ, ਜਦੋਂ ਇਸਨੇ ਚੈੱਕਅਪ ਕਰਵਾਇਆ ਤੇ ਅੱਜ ਕੋਰੋਨਾ ਪੋਜ਼ਿਟਿਵ ਪਾਇਆ ਗਿਆ। ਪੂਰੇ ਪਿੰਡ ਨੂੰ ਸੀਲ ਕਰਨ ਤੋਂ ਬਾਅਦ ਇਸਦੇ ਪਰਿਵਾਰ ਨੂੰ ਨਜ਼ਰਬੰਦ ਕਰ ਦਿੱਤਾ ਹੈ। 6 ਕੇਸ ਪੋਜ਼ਿਟਿਵ ਪਾਏ ਗਏ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਦੀ ਡੈਥ ਹੋ ਚੁੱਕੀ ਹੈ ਜੀ। ਚਾਰੋਂ ਤਰਫ ਪੁਲਿਸ ਲਾਈ ਹੋਈ ਹੈ, ਨਾ ਕਿਸੇ ਨੂੰ ਅੰਦਰ ਜਾਣ ਦਿੱਤਾ ਜਾਂਦਾ ਹੈ ਤੇ ਕੋਈ ਅੰਦਰੋਂ ਬਾਹਰ ਵੀ ਆਉਂਦਾ। ਹੁਣ ਵੇਲੇ ਦੀ ਵੱਡੀ ਖਬਰ ਹੁਸ਼ਿਆਰਪੁਰ ਦੇ ਗੜਸ਼ੰਕਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਪੈਂਸਰਾ ਸੈਲਾ ਖੁਰਦ ਤੋਂ ਇੱਕ ਹੋਰ ਕੋਰੋਨਾ ਪੋਜ਼ਿਟਿਵ ਕੇਸ ਸਾਹਮਣੇ ਆਇਆ, ਜਿਸ ਦੀ ਪੁਖਤਾ ਜਾਣਕਾਰੀ ਦੇਣ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਹੁਸ਼ਿਆਰਪੁਰ ਤੋਂ ਸਾਡੇ ਪੱਤਰਕਾਰ ਅਮਰੀਕ ਕੁਮਾਰ। ਆਓ ਜਾਣਦੇ ਹਾਂ ਇਸ ਮਾਮਲੇ ਦੀ ਪੂਰੀ ਜਾਣਕਾਰੀ। ਹਾਂਜੀ ਅਮਰੀਕ ਜੀ, ਹੁਸ਼ਿਆਰਪੁਰ ਤੋਂ ਇੱਕ ਹੋਰ ਕੋਰੋਨਾ ਪੋਜ਼ਿਟਿਵ ਮਰੀਜ਼ ਸਾਹਮਣੇ ਆਇਆ, ਕੀ ਜਾਣਕਾਰੀ ਹੈ ਤੁਹਾਡੇ ਕੋਲ ਇਸ ਬਾਰੇ? ਜੀ ਮੈਂ ਦੱਸਣਾ ਚਾਹੁੰਦਾ ਹਾਂ, ਇਹ ਜੀ ਪਿੰਡ ਪੈਂਸਰਾ ਮੂਰਾ ਵਾਲੀ ਦੇ ਨਜ਼ਦੀਕ ਹੀ ਪਿੰਡ ਪੈਂਦਾ, ਜਿੱਥੋਂ ਦਾ 56 ਸਾਲ ਦਾ ਇੱਕ ਆਦਮੀ ਪੋਜ਼ਿਟਿਵ ਆਇਆ ਹੈ, ਜਿਸ ਦੀ ਸਟਾਰਟਿੰਗ ਜਾਣਕਾਰੀ ਦੇ ਵਿੱਚ ਪਤਾ ਲੱਗਦਾ ਹੈ ਕਿ ਇਹ ਆਪਣੀ ਭੈਣ ਜੀਜੇ ਅਤੇ ਦੋ ਭਤੀਜੀਆਂ ਨੂੰ ਲੈਣ ਏਅਰਪੋਰਟ ਤੇ ਗਿਆ ਸੀ ਤੇ ਇਸ ਤੋਂ ਬਾਅਦ ਇਸਦੀ ਕੋਈ ਸਿਹਤ ਖਰਾਬ ਹੋਈ, ਜਦੋਂ ਇਸਨੇ ਚੈੱਕਅਪ ਕਰਵਾਇਆ ਤੇ ਅੱਜ ਕੋਰੋਨਾ ਪੋਜ਼ਿਟਿਵ ਪਾਇਆ ਗਿਆ ਜੀ। ਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਚ ਵੀ ਕੀ ਇਹ ਟੈਸਟ ਹੋ ਰਹੇ ਨੇ? ਜੀ ਮੈਂ ਦੱਸਣਾ ਚਾਹੁੰਦਾ, ਇਸ ਤੋਂ ਬਾਅਦ ਉਹਨੇ ਪੂਰੇ ਪਿੰਡ ਨੂੰ ਸੀਲ ਕਰਨ ਤੋਂ ਬਾਅਦ ਇਸਦੇ ਪਰਿਵਾਰ ਨੂੰ ਨਜ਼ਰਬੰਦ ਕਰ ਦਿੱਤਾ ਹੈ ਤੇ ਸਿਹਤ ਵਿਭਾਗ ਦੀ ਟੀਮ ਹੁਸ਼ਿਆਰਪੁਰੋਂ ਨਿਕਲ ਚੁੱਕੀ ਹੈ, ਜਲਦ ਹੀ ਇਹਦੇ ਪਿੰਡ ਪਹੁੰਚ ਕੇ ਇਸਦੇ ਬਾਕੀ ਮੈਂਬਰਾਂ ਦੇ ਵੀ ਟੈਸਟ ਲਏ ਜਾ ਰਹੇ ਨੇ ਜੀ। ਤੇ ਅਮਰੀਕ ਜੀ, ਜਿਹੜੇ ਪੋਜ਼ਿਟਿਵ ਮਰੀਜ਼ ਜਿਹੜਾ ਆਇਆ ਸਾਹਮਣੇ, ਕੀ ਇਹ ਕਿਸੇ ਦੇ ਹੋਰ ਦੇ ਵੀ ਸੰਪਰਕ 'ਚ ਆਇਆ, ਜਿਵੇਂ ਆਪਣੇ ਗੁਆਂਢ ਦੇ ਵਿੱਚ ਜਾਂ ਪਰਿਵਾਰਕ ਮੈਂਬਰਾਂ ਦੇ ਵਿੱਚ? ਜੀ ਦੱਸਣਾ ਚਾਹੁੰਦਾ, ਹਾਲੇ ਸਟਾਰਟਿੰਗ ਜਾਣਕਾਰੀ ਦੇ ਵਿੱਚ ਇਹੀ ਪਤਾ ਲੱਗਾ ਹੈ ਜੀ, ਇਹ ਆਪਣੀ ਭੈਣ ਤੇ ਆਪਣੀ ਦੋ ਭਤੀਜੀਆਂ ਤੇ ਜੀਜਾ ਜੀ ਨੂੰ ਲੈ ਕੇ ਆਏ ਸੀ, ਉਹਨਾਂ ਨੂੰ ਵੀ ਨਜ਼ਰਬੰਦ ਕਰਕੇ ਸੈਂਪਲ ਲਏ ਜਾ ਰਹੇ ਨੇ, ਉਸ ਤੋਂ ਬਾਅਦ ਪੂਰਾ ਇਸ ਨੂੰ ਆਈਸੋਲੇਸ਼ਨ ਕਰਕੇ ਇਹ ਜਾਂਚ ਕੀਤੀ ਜਾਵੇ ਕਿ ਇਹ ਕਿਸ ਕਿਸ ਦੇ ਸੰਪਰਕ ਵਿੱਚ ਆਇਆ, ਉਹਨਾਂ ਨੂੰ ਵੀ ਨਾਲ ਟੈਸਟ ਲਏ ਜਾਣਗੇ ਜੀ। ਤੇ ਇਹਨਾਂ ਨੂੰ ਕਿਹੜੇ ਹਸਪਤਾਲ ਵਿੱਚ ਇਲਾਜ ਲਈ ਰੱਖਿਆ ਗਿਆ ਹੈ? ਜੀ ਇਹਨਾਂ ਨੂੰ ਇਹਨਾਂ ਦੇ ਨਜ਼ਦੀਕ ਹੀ ਪਿੰਡ ਪੋਸੀ ਪੈਂਦਾ ਹੈ, ਪੋਸੀ ਦੇ ਸਿਵਲ ਹਸਪੀਟਲ ਦੇ ਵਿੱਚ ਰੱਖਿਆ ਗਿਆ ਹੈ ਤੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਜੀ। ਤੇ ਅਮਰੀਕ ਜੀ, ਹੁਣ ਤੱਕ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਕਿੰਨੇ ਕੇਸ ਨੇ ਜੋ ਪੋਜ਼ਿਟਿਵ ਪਾਏ ਗਏ ਨੇ? ਜੀ ਹੁਸ਼ਿਆਰਪੁਰ ਦੇ ਵਿੱਚ ਇਸ ਵੇਲੇ ਤੱਕ ਦੇ ਟੋਟਲ 6 ਕੇਸ ਪੋਜ਼ਿਟਿਵ ਪਾਏ ਗਏ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਦੀ ਡੈਥ ਹੋ ਚੁੱਕੀ ਹੈ ਜੀ, ਮੋਰਾਵਾਲੀ ਦੇ ਹਰਭਜਨ ਦੀ, ਤੇ ਇੱਕ ਜਿਹੜਾ ਖਨੂਰ ਪਿੰਡ ਦਾ ਗੁਰਦੀਪ ਸਿੰਘ ਜੀ ਉਹ ਰਿਕਵਰ ਕਰ ਚੁੱਕਾ, ਉਹ ਸਹੀ ਹੋ ਕੇ ਆਪਣੇ ਘਰ ਆ ਗਿਆ। ਇਸ ਵਕਤ 4 ਪੋਜ਼ਿਟਿਵ ਕੇਸ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ। ਤੇ ਪ੍ਰਸ਼ਾਸਨ ਵੱਲੋਂ ਕੀ ਕੀ ਪੁਖਤਾ ਪ੍ਰਬੰਧ ਇੱਥੇ ਕੀਤੇ ਗਏ ਨੇ? ਜੀ ਪ੍ਰਸ਼ਾਸਨ ਵੱਲੋਂ ਤੋਂ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ, ਸੀਲ ਕਰਨ ਤੋਂ ਬਾਅਦ ਉਸਦੇ ਪਰਿਵਾਰ ਨੂੰ ਇੱਕ ਕਮਰੇ ਦੇ ਵਿੱਚ ਨਜ਼ਰਬੰਦ ਕਰਕੇ ਉਹਨਾਂ ਦੇ ਹੈਲਥ ਵਿਭਾਗ ਦੀ ਟੀਮ ਪਹੁੰਚ ਕੇ ਉਹਨਾਂ ਦੇ ਸੈਂਪਲ ਲਏ ਜਾਣਗੇ, ਇਸ ਤੋਂ ਬਾਅਦ ਵੀ ਉਸ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਕਿਹਦੇ ਕਿਹਦੇ ਸੰਪਰਕ ਵਿੱਚ ਆਇਆ, ਉਹਨਾਂ ਨੂੰ ਵੀ ਆਈਸੋਲੇਸ਼ਨ ਕੀਤਾ ਜਾ ਰਿਹਾ ਹੈ ਜੀ। ਤੇ ਅਮਰੀਕ ਜੀ, ਇਸ ਵਕਤ ਜਿਹੜਾ ਉੱਥੇ ਪਿੰਡ ਦਾ ਮਾਹੌਲ ਆ ਉਹ ਕਿਸ ਤਰ੍ਹਾਂ ਦਾ ਬਣਿਆ ਹੈ, ਕਿ ਲੋਕ ਸਹਿਮੇ ਹੋਏ ਨੇ ਜਾਂ ਕੁਛ ਕਿੱਦਾਂ ਦਾ ਮਾਹੌਲ ਹੈ? ਜੀ ਆਪਾਂ ਪਿੰਡ ਦੀ ਸਰਹੱਦ ਤੇ ਇਸ ਵਕਤ ਖੜੇ ਹਾਂ ਜੀ, ਜਿਸ ਨੂੰ ਪਿੰਡ ਦਾ ਬਸੀਮਾ ਕਿਹਾ ਜਾਂਦਾ ਹੈ। ਚਾਰੋਂ ਤਰਫ ਪੁਲਿਸ ਲਾਈ ਹੋਈ ਹੈ, ਨਾ ਕਿਸੇ ਨੂੰ ਅੰਦਰ ਜਾਣ ਦਿੱਤਾ ਜਾਂਦਾ ਹੈ ਤੇ ਕੋਈ ਅੰਦਰੋਂ ਬਾਹਰ ਵੀ ਆਉਂਦਾ, ਉਸ ਨੂੰ ਬਕਾਇਦਾ ਪੁੱਛਿਆ ਜਾਂਦਾ ਹੈ ਕਿੱਥੇ ਜਾਣਾ ਹੈ, ਕੀ ਕੰਮ ਹੈ, ਜੇ ਜ਼ਰੂਰੀ ਹੈ ਤਾਂ ਜਾਣ ਦਿੱਤਾ ਜਾਂਦਾ ਹੈ, ਨਹੀਂ ਤਾਂ ਕਿਸੇ ਨੂੰ ਵੀ ਬਾਹਰ ਨਹੀਂ ਆਉਣ ਦਿੱਤਾ ਜਾਂਦਾ। ਸਾਰੇ ਘਰਾਂ ਦੇ ਵਿੱਚ ਲੋਕ ਘਰਾਂ ਵਿੱਚ ਹੀ ਬੰਦ ਕਰ ਦਿੱਤੇ ਗਏ ਨੇ। ਅਮਰੀਕ ਜੀ, ਤੁਸੀਂ ਕਿਸੇ ਅਧਿਕਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਸੇ ਨੇ ਇਸ ਬਾਰੇ ਜਾਣਕਾਰੀ ਦੇਣ ਬਾਰੇ? ਜੀ ਸਿਵਲ ਹਸਪੀਟਲ ਦੇ CMO ਜਸਵੀਰ ਸਿੰਘ ਨਾਲ ਗੱਲ ਹੋਈ ਹੈ, ਉਹਨਾਂ ਨੇ ਕਿਹਾ ਹੈ ਕਿ ਇਸਦੀ ਪੁਸ਼ਟ ਜਾਣਕਾਰੀ ਕਰ ਦਿੱਤੀ ਗਈ ਹੈ ਕਿ ਉਹ ਪੋਜ਼ਿਟਿਵ ਹੈ, ਪਰ ਇਸਦੇ ਬਾਰੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਜਾਵੇਗੀ ਸਿਵਲ ਹਸਪੀਟਲ ਵੱਲੋਂ, ਜੋ 3 ਵਜੇ ਦਾ ਟਾਈਮ ਰੱਖਿਆ ਗਿਆ ਹੈ, ਉਸ ਤੋਂ ਬਾਅਦ ਹੀ ਪੂਰੀ ਕਲੀਅਰ ਹੋ ਪਾਵੇਗਾ ਜੀ। ਜੀ ਬਹੁਤ ਬਹੁਤ ਧੰਨਵਾਦ ਜੀ ਅਮਰੀਕ ਜੀ ਇਸ ਖਬਰ ਦੀ ਪੂਰੀ ਅਪਡੇਟ ਲਈ, ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਚੈਨਲ ਪੰਜਾਬ ਦੇ ਨਾਲ। ਜਾਣਕਾਰੀ ਮੁਤਾਬਿਕ 58 ਸਾਲਾ ਵਿਅਕਤੀ ਦਾ ਕੋਰੋਨਾ ਟੈਸਟ ਪੋਜ਼ਿਟਿਵ ਪਾਇਆ ਗਿਆ ਹੈ ਤੇ ਪੀੜਤ ਦੀ ਭੈਣ ਦੀਆਂ 2 ਕੁੜੀਆਂ ਇੰਗਲੈਂਡ ਤੋਂ ਆਈਆਂ ਸਨ, ਜਿਨ੍ਹਾਂ ਨੂੰ ਉਕਤ ਵਿਅਕਤੀ ਮਿਲਿਆ ਸੀ। ਪੀੜਤ ਦੀਆਂ ਭਾਣਜੀਆਂ ਨੂੰ 14 ਦਿਨਾਂ ਤੱਕ ਇਕਾਂਤਵਾਸ ਲਈ ਕਿਹਾ ਗਿਆ ਸੀ। ਪੋਜ਼ਿਟਿਵ ਕੇਸ ਆਉਣ ਤੋਂ ਬਾਅਦ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਪੀੜਤ ਵਿਅਕਤੀ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੇ ਸੈਂਪਲ ਲਏ ਜਾ ਰਹੇ ਨੇ। ਇੱਥੇ ਦੱਸ ਦਈਏ, ਕਿਸ ਨਵੇਂ ਕੇਸ ਦੇ ਸਾਹਮਣੇ ਆਉਣ ਨਾਲ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਪੋਜ਼ਿਟਿਵ ਕੇਸਾਂ ਦੀ ਗਿਣਤੀ 47 ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 5 ਦੀ ਮੌਤ ਹੋ ਚੁੱਕੀ ਹੈ। ਇਸ ਖਬਰ ਦੀ ਹਰ ਅਪਡੇਟ ਲਈ ਤੁਸੀਂ ਜੁੜੇ ਰਹੋ ਚੈਨਲ ਪੰਜਾਬ ਦੇ ਨਾਲ।